ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਅੱਜ ਦੇ ਖਾਸ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ, ਜਿਹਦੇ ਵਿੱਚ ਸਟੂਡੈਂਟ ਵੀਜ਼ਾ ਸੰਬੰਧੀ ਅਸੀਂ ਰੋਜ਼ ਨਵੇਂ ਗੈਸਟ ਨੂੰ ਸੱਦਾ ਦਿੰਦੇ ਹਾਂ ਤਾਂ ਕਿ ਉਹ ਆਪਣੇ ਐਕਸਪੀਰੀਅੰਸ ਸੱਦ ਕੇ ਤੁਹਾਨੂੰ ਤੁਹਾਡੀ ਜਿਹੜੀ ਕੁਐਰੀ ਆ ਉਹਦਾ ਜਵਾਬ ਪਹੁੰਚਾ ਸਕਣ। ਅੱਜ ਇਸੇ ਕੋਸ਼ਿਸ਼ ਦੇ ਤਹਿਤ ਸੱਦਾ ਦਿੱਤਾ ਗਿਆ ਜੀ ਹਰਪ੍ਰੀਤ ਕੌਰ ਨੂੰ VCC ਇੰਸਟੀਟਿਊਟ ਤੋਂ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਹਰਪ੍ਰੀਤ, ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਸਰ। ਸੋ ਅੱਜ ਹਰਪ੍ਰੀਤ ਨਾਲ ਗੱਲ ਕਰਾਂਗੇ ਉਹਨਾਂ ਸਟੂਡੈਂਟਸ ਲਈ ਜਿਹੜਾ ਨੇ ANM ਕੀਤੀ ਹੈ, GNM ਕੀਤੀ ਹੈ, ਜਾਂ ਗੱਲ ਕਰੀਏ ਵੀ ਨਰਸਿੰਗ ਫੀਲਡ ਤੋਂ ਰਿਲੇਟਿਡ ਜਿਹੜੇ ਕੋਰਸਿਸ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਨੇ ਜਾਂ ਕੀਤੇ ਹੋਏ ਨੇ ਪਹਿਲਾਂ, ਉਹਨਾਂ ਦੇ ਕਾਫੀ ਜ਼ਿਆਦਾ ਕੁਐਰੀ ਸੀ ਵੀ ਪਰਟੀਕੁਲਰ ਸਾਡੇ ਬਾਰੇ ਵੀ ਗੱਲ ਕੀਤੀ ਜਾਵੇ, ਕਿਉਂਕਿ ਚਾਰ ਸਟ੍ਰੀਮਸ ਬਾਰੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਜਿਹਦੇ ਵਿੱਚ ਆਰਟਸ, ਕਾਮਰਸ, ਨੋਨ ਮੈਡੀਕਲ ਔਰ ਮੈਡੀਕਲ ਆਉਂਦਾ, ਬਟ ਇੱਕ ਨਰਸਿੰਗ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਜਿਹੜਾ ਕੋਰਸ ਆ ਜਾਂਦਾ ਉਹਦੇ ਰਿਗਾਰਡਿੰਗ ਬਹੁਤ ਜ਼ਿਆਦਾ ਗੱਲਬਾਤ ਕਦੀ ਨਹੀਂ ਹੋ ਪਾਉਂਦੀ। ਸੋ ਅੱਜ ਸ਼ੁਰੂਆਤ ਹੀ ਉਹਨਾਂ ਤੋਂ ਕਰਨਾ ਚਾਹੁੰਦਾ ਕੀ ਪੋਸੀਬਿਲਟੀਜ਼ ਨੇ, ਕਿਹੜੀ ਕਿਹੜੀ ਆਪਸ਼ਨਸ ਨੇ ਹਰਪ੍ਰੀਤ ਉਹਨਾਂ ਲਈ। ਸਰ, ਉਹਨਾਂ ਲਈ ਸਭ ਤੋਂ ਅੱਛੀ ਓਪਰਚੁਨਿਟੀ ਕੈਨੇਡਾ ਦੇ ਵਿੱਚ ਹੈ, ਜੋ ਕਿ ਨਰਸਿੰਗ ਔਰ ਨਰਸਿੰਗ ਪਰਸਿਊ ਕਰਨ ਤੋਂ ਬਾਅਦ ANM ਔਰ GNM ਪਰਸਿਊ ਕਰਨ ਤੋਂ ਬਾਅਦ ਉਹ ਲੈ ਸਕਦੇ ਹੈ ਦ ਜੋਬ ਓਰੀਐਂਟਡ ਕੋਰਸਿਸ ਜੋ ਉਹਨੇ IT ਫੀਲਡ ਦੇ ਅੰਡਰ ਆਉਂਦੇ ਹੈ, ਜਿਹਦੇ ਵਿੱਚ 9 ਮੰਥਸ ਦੀ ਉਹਨਾਂ ਦੀ ਐਜੂਕੇਸ਼ਨ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਟ੍ਰੇਨਿੰਗ ਪਾਰਟ ਰਹਿੰਦਾ ਹੈ ਅਤੇ ਇਸ ਨਾਲ ਉਹਨਾਂ ਦੀ RN ਜੋ ਹੈ ਇੱਕ ਸਰਟੀਫਿਕੇਸ਼ਨ ਹੁੰਦੀ ਹੈ ਕੈਨੇਡਾ ਦੇ ਵਿੱਚ, ਇਨ ਫਿਊਚਰ ਆਪਣਾ ਵਰਕ ਪਰਮਿਟ ਅਵੇਲ ਕਰਕੇ ਕੰਮ ਕਰ ਸਕਦੇ ਹੈ। ਇਹਦੇ ਜੀ ANM, GNM ਜਾਂ BSc ਨਰਸਿੰਗ ਤਿੰਨੋਂ ਹੀ ਚੱਲ ਜਾਣਗੇ ਜਾਂ ਕੋਈ ਖਾਸ ਕਹੀ? ਸਰ, ANM ਔਰ GNM, BSc ਨਰਸਿੰਗ ਜੋ ਹੈ ਉਹਨੂੰ ਇੱਕ ਐਕਸਪੀਰੀਅੰਸ ਦੇ ਨਾਲ ਨਾਲ ਕੁਛ ਹੋਰ ਫੋਰਮੈਲਿਟੀਜ਼ ਰਿਕੁਆਇਰਡ ਰਹਿੰਦੀਆਂ ਹੈ ਕੈਨੇਡੀਅਨ ਗਵਰਨਮੈਂਟ ਨੂੰ, ਬਿਕੋਜ਼ ਬੇਸਿਕਲੀ ਜੋ BSc ਹੈ ਦੈਟ ਇਜ਼ ਪਰਟੀਕੁਲਰ ਫੋਰ ਦ ਵਨ ਰੀਜਨ, ਬਟ ਜੋ ANM GNM ਹੈ ਕੈਨੇਡਾ ਦੇ ਵਿੱਚ ਲਾਇਸੈਂਸ ਅਵੇਲ ਕਰਨ ਤੋਂ ਬਾਅਦ ਜਿਸ ਵੀ ਰੀਜਨ 'ਚ ਉਹਨਾਂ ਨੇ ਲਾਇਸੈਂਸ ਅਵੇਲ ਕੀਤਾ ਹੈ ਉਸਦੇ ਕਿਸੇ ਵੀ ਸਿਟੀ 'ਚ ਕੰਮ ਕਰ ਸਕਦੇ ਹੈ। ਕੀ ਪੋਸੀਬਿਲਟੀਜ਼ ਜਾਂ ਪ੍ਰੋਸੈਸ ਪ੍ਰੋਪਰ ਹੀ ਗੱਲ ਕਰੀਏ ਕੀ ਰਹੇਗਾ? ਪ੍ਰੋਸੈਸ ਇਹਦੇ ਵਿੱਚ ਇਹ ਰਹਿੰਦਾ ਹੈ ਸਰ, ਸਪੋਜ਼ ਜਿਵੇਂ ਮੈਂ ਤੁਹਾਡੀ ਐਡਮਿਸ਼ਨ, ਇੱਕ GNM ਔਰ ANM ਦਾ ਸਟੂਡੈਂਟ ਮੇਰੇ ਕੋਲ ਹੈ, ਮੈਂ ਉਸਦੀ ਐਡਮਿਸ਼ਨ ਜੋ ਉਹਨਾਂ ਦਾ ਕੋਰਸ ਹੈ ਰੈਲੇਵੈਂਟ, ਜੋ ਅੱਗੇ ਉਹਨਾਂ ਦੀ ਹੈਲਥ ਸਾਇੰਸਿਸ ਦੇ ਵਿੱਚ ਕੋਰਸਿਸ ਹੈ ਉਹ ਪਰਸਿਊ ਕਰਵਾਉਣੀਆਂ ਵਿਦ 5 ਬੈਂਡਸ ਆਪਾਂ ਕਹਿ ਸਕਦੇ ਹਾਂ ਮਿਨੀਮਮ ਰਿਕੁਆਇਰਮੈਂਟ ਰਹੇਗੀ ਇਹਦੇ ਵਿੱਚ, ਔਰ ਐਟਲੀਸਟ 1 ਈਅਰ ਦਾ ਐਕਸਪੀਰੀਅੰਸ ਨਰਸਿਸ ਨੂੰ ਚਾਹੀਦਾ ਹੁੰਦਾ ਇਹਦੇ ਵਿੱਚ, ਜੋ ਉਹਨਾਂ ਦਾ ਉਹਨਾਂ ਨੇ ਇੰਡੀਅਨ ਜੋ ਆਪਣਾ ਜੇ ਪੰਜਾਬ ਤੋਂ ਹੈ ਤਾਂ ਪੰਜਾਬ ਬੋਰਡ ਤੋਂ, ਜਾਂ ਹਰਿਆਣਾ ਹੈ ਹਰਿਆਣਾ ਬੋਰਡ ਤੋਂ ਆਪਣਾ ਜੋ ਲਾਇਸੈਂਸ ਅਵੇਲ ਕੀਤਾ ਹੁੰਦਾ ਹੈ ਉਹਦੀ ਸਰਟੀਫਿਕੇਸ਼ਨ ਦੇ ਬੇਸਿਸ 'ਤੇ ਅਸੀਂ ਉਹਨਾਂ ਦਾ ਪ੍ਰੋਫਾਈਲ ਸੈਂਡ ਕਰਦੇ ਹਾਂ। ਉਸ ਪ੍ਰੋਫਾਈਲ ਦੇ ਵਿੱਚ ਉਹਨਾਂ ਦੇ ਇੱਕ ਪਰਟੀਕੁਲਰ ਕੋਚ ਪ੍ਰੋਵਾਈਡ ਕੀਤਾ ਜਾਂਦਾ ਹੈ ਅਕੋਰਡਿੰਗ ਟੂ ਦ ਐਕਸਪੀਰੀਅੰਸ ਔਰ ਅਕੋਰਡਿੰਗ ਟੂ ਦ ਲੈਂਥ ਆਫ ਪੋਸੀਬਿਲਿਟੀਜ਼, ਕਿ ਹਾਂ ਉਹਨਾਂ ਦਾ 6th ਜਾਂ 9th ਮੰਥ ਦਾ ਸਟੇ ਉਹਦੇ ਐਜੂਕੇਸ਼ਨਲ ਪਾਰਟ ਜੋ ਹੈ ਉਹਦੇ ਵਿੱਚ ਐਡ ਕੀਤਾ ਜਾਂਦਾ ਹੈ, ਬਾਕੀ ਪਾਰਟ ਜੋ ਹੈ ਉਹਦਾ ਟ੍ਰੇਨਿੰਗ ਔਰ ਇੰਟਰਨਸ਼ਿਪ ਦਾ ਰਹੇਗਾ ਜੋ ਡਿਫਰੈਂਟ ਡਿਫਰੈਂਟ ਹੋਸਪਿਟਲਸ 'ਚ ਪ੍ਰੋਵਾਈਡ ਹੁੰਦਾ ਹੈ। ਮੇਨ ਵਾਲ ਉਹਨਾਂ ਨੂੰ ਇੱਕ ਟੈਸਟ ਤੋਂ ਥਰੂ ਹੋਣਾ ਪੈਂਦਾ, ਜੋ ਉਹਨਾਂ ਦੀ ਐਜੂਕੇਸ਼ਨ ਜੋ ਉਹਨਾਂ ਨੇ ਟੈਸਟ ਕੋਰਸ ਅਵੇਲ ਕੀਤਾ ਹੈ ਉਸ ਤੋਂ ਬਾਅਦ ਇੱਕ ਟੈਸਟ ਕੰਡਕਟ ਕੀਤਾ ਜਾਂਦਾ ਹੈ ਜੋ ਉਹਨਾਂ ਦੀ RN ਕੈਨੇਡਾ ਦੇ ਵਿੱਚ ਸਰਟੀਫਾਈਡ ਕਰਦਾ ਹੈ। ਕੀ ਹੋਏਗਾ ਇਹ ਟੈਸਟ, ਕਦੋਂ ਹੁੰਦਾ ਹੈ, ਕੀ ਪ੍ਰੋਸੈਸ ਰਹਿੰਦਾ ਟੈਸਟ ਦਾ? ਪ੍ਰੋਸੈਸ ਆਫਟਰ ਕੰਪਲੀਟਿੰਗ ਦਾ ਐਜੂਕੇਸ਼ਨ ਹੋਏਗਾ, ਔਰ ਇਹਦੇ ਚਾਂਸਿਸ 3 ਟਾਈਮਸ ਰਹਿੰਦੇ ਹੈ ਕਿ ਤੁਸੀਂ ਜਿਹੜਾ ਬਾਈ ਚਾਂਸ ਕਿਸੇ ਦਾ ਫਸਟ ਟਾਈਮ ਨਹੀਂ ਕਲੀਅਰ ਹੁੰਦਾ ਹੈ ਦੇ ਕੈਨ ਗੋ ਫੋਰ 2 ਮੋਰ ਟਾਈਮਸ, ਬਟ 3rd ਟਾਈਮ ਇਜ਼ ਅ ਫਾਈਨਲ ਟਾਈਮ, ਔਰ ਉਸ ਤੋਂ ਬਾਅਦ ਉਹਨਾਂ ਦੇ ਵਰਕ ਪਰਮਿਟਸ ਇਸ਼ੂ ਹੋ ਸਕਦੇ ਬਿਕੋਜ਼ ਦੇ ਆਰ ਐਲੀਜੀਬਲ ਟੂ ਵਰਕ ਵਿਦ ਇਨ ਕੈਨੇਡੀਅਨ ਹੋਸਪਿਟਲ। ਇਹ ਤਾਂ ਗੱਲ ਰਹੀ, ਉਸ ਤੋਂ ਬਾਅਦ ਜਿਹੜੀ ਉਹਦੇ ਲਈ ਪੋਸੀਬਿਲਟੀਜ਼ ਰਹਿਣਗੀਆਂ। ਆਪਾਂ ਪਹਿਲੇ ਦੀ ਗੱਲ ਕਰੀਏ, ਤੁਸੀਂ 5 ਬੈਂਡ ਦੀ ਗੱਲ ਕੀਤੀ ਹੈ, ਇਟ ਮੀਨਸ ਉਹ SPP ਦੇ ਅੰਡਰ ਨਹੀਂ ਜਾਣਗੇ, ਜਨਰਲ ਕੈਟਾਗਰੀ, ਜਨਰਲ ਕੈਟਾਗਰੀ ਜਾਣਗੇ ਔਰ ਸ਼ਾਰਟ ਟਰਮ ਸਟੱਡੀ ਵੀਜ਼ਾਸ ਦੇ ਅੰਡਰ, ਸ਼ਾਰਟ ਟਰਮ ਸਟੱਡੀ ਵੀਜ਼ਾ ਤੇ ਜਾਣਗੇ। ਬਟ ਹੁੰਦਾ ਕੀ ਹੈ, ਹਮੇਸ਼ਾ ਕੁਐਰੀ ਰਹੀ ਹੈ ਔਰ ਕਿਤੇ ਜਾਇਜ਼ ਵੀ ਲੱਗਦੀ ਹੈ, ਕਿਉਂਕਿ ਜਦੋਂ ਆਪਾਂ ਸਕਸੈਸ ਰੇਟ ਵੱਲ ਝਾਤ ਮਾਰਦੇ ਹਾਂ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਜਨਰਲ ਦਾ। ਸੋ ਇਹਨਾਂ ਬਾਰੇ ਕੀ ਕਹਿਣਾ, ਜਿਹੜੇ ਬੱਚੇ ਜੇ ਜਨਰਲ 'ਚ ਜਾਣਾ ਚਾਹੁੰਦੇ ਨੇ ਕਿਵੇਂ ਵੀਜ਼ਾ ਲੈ ਪਾਉਣਗੇ, ਕਿਹੜੀ ਪ੍ਰੋਫਾਈਲ ਨੂੰ ਵੀਜ਼ਾ ਮਿਲੇਗਾ? ਸਰ, ਫਸਟ ਆਫ ਆਲ ਇਹਦੇ ਵਿੱਚ ਨਰਸਿੰਗ ਕੈਟੇਗਰੀ ਨਵੀਂ ਇੰਟਰੋਡਿਊਸ ਹੋਈ ਹੈ, ਇਸ ਤੋਂ ਪਹਿਲਾਂ ਇਹਦੇ ਵਿੱਚ ਆਰਟਸ ਦੇ ਸਟੂਡੈਂਟਸ, IT ਦੇ ਸਟੂਡੈਂਟਸ, ਇੰਜੀਨੀਅਰਿੰਗ ਦੇ ਸਟੂਡੈਂਟਸ ਜਾ ਰਹੇ ਸਨ, ਬਟ ਹੁਣ ਜੋ ਕਿ ਕਹਿੰਦੇ ਹੈ ਜੋ ਨਰਸਿੰਗ ਕੈਟੇਗਰੀ ਹੈ ਨਵੀਂ ਇੰਟਰੋਡਿਊਸ ਹੈ, ਦੇ ਹੈਵ ਦਾ ਆਪਸ਼ਨਸ ਟੂ ਫੋਰ ਦੈਟ, ਤੋ ਇਹਦੇ ਰਿਜ਼ਲਟਸ ਜੋ ਆਪਾਂ ਕਹੀਏ ਰੇਟਿੰਗ ਜੋ ਹੈ ਦੈਟ ਟੂ ਵੀ ਲੁੱਕ ਫਾਰਵਰਡ, ਬਟ ਬਾਕੀ ਜਿਹੜੇ ਸਟੂਡੈਂਟਸ ਗਏ ਹੈ ਉਹਨਾਂ ਦੀ ਜੋ ਵੀ ਰੇਟਿੰਗ ਰਹੀ ਹੈ ਦੈਟ ਇਜ਼ ਫਰੋਮ 8 to 10 ਦੀ ਰੇਸ਼ੋ ਰਹੀ ਹੈ ਉਹਦੇ ਵਿੱਚ। ਜਨਰਲ ਕੈਟੇਗਰੀ ਦੇ SPP 'ਚ ਫਰਕ ਕੀ ਦੇਖਦੇ ਹੋ, ਸਿਰਫ ਇਹ ਆਪਾਂ ਸਕਸੈਸ ਰੇਟ ਨੂੰ ਹਟ ਕੇ ਥੋੜ੍ਹਾ ਜਿਹਾ ਗੱਲ ਕਰੀਏ ਤਾਂ? ਸਰ, ਕੈਟੇਗਰੀਜ਼ ਹੈ ਜੋ SPP ਦੇ ਅੰਡਰ ਕਾਲਜਿਸ ਆਉਂਦੇ ਹੈ, ਦੇ ਹੈਵ ਅ ਪਰਟੀਕੁਲਰ ਸੈੱਟ ਰਿਕੁਆਇਰਮੈਂਟ ਫੋਰ ਦ ਸਟੂਡੈਂਟ, ਕਿ ਉਹਨਾਂ ਦੇ ਸਟੂਡੈਂਟਸ ਨੇ IELTS ਅਤੇ A bands ਅਵੇਲ ਕੀਤੇ ਹੋਣ, 6 or not less than 5.5 bands ਇਨ ਈਚ ਮੋਡਿਊਲ, ਔਰ ਉਸ ਤੋਂ ਇਲਾਵਾ ਜੋ ਉਹਦੀ ਪ੍ਰੀਵੀਅਸ ਸਟੱਡੀ ਹੈ ਦੈਟ ਸ਼ੁੱਡ ਬੀ ਨੋਟ ਲੈਸ ਦੈਨ 55% ਇਨ ਈਚ ਸਬਜੈਕਟ। ਸੋ ਇੱਕ ਡਿਫਰੈਂਸ ਰਹੇਗਾ, ਜੋ ਜਿੱਥੇ ਜਨਰਲ ਕੈਟੇਗਰੀ ਹੈ ਜੋ ਬਹੁਤ ਪਹਿਲਾਂ ਪੇਪਰ ਵੀਜ਼ਾ ਚੱਲਦਾ ਆ ਰਿਹਾ ਹੈ ਉਹਦੇ ਵਿੱਚ 5 bands ਦੇ ਨਾਲ ਤੁਸੀਂ ਇੱਕ ਆਪਣਾ ਇੰਗਲਿਸ਼ ਦਾ ਕੋਰਸ, ਜੋ ਕਿ ਡਿਪੈਂਡਸ ਪ੍ਰੋਫਾਈਲ ਟੂ ਪ੍ਰੋਫਾਈਲ, ਤੁਸੀਂ ESL ਲੈਣਾ ਹੈ, EAP ਲੈਣਾ ਹੈ, ਮੀਨਸ ਦੈਟ ਇਜ਼ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਲੈਣਾ ਹੈ ਜਾਂ ਇੰਗਲਿਸ਼ ਐਜ਼ ਅਕੈਡਮਿਕ ਪਰਪਸ ਲੈਣਾ। 2 courses ਤੁਸੀਂ ਅਵੇਲ ਕਰਕੇ ਨਾਲ ਆਪਣਾ 3 months ਪਹਿਲਾਂ ਉਹਦੀ ਸਟੱਡੀ ਕਰਦੇ ਹੋ, ਔਰ ਫਿਰ ਉਸ ਤੋਂ ਬਾਅਦ ਆਪਣਾ ਜੋ ਮੇਨ ਕੋਰਸ ਹੈ ਉਹਦੇ ਵਿੱਚ ਉਸਦੀ ਸਟੱਡੀ ਪ੍ਰੈਫਰ ਕੀਤੀ ਜਾਂਦੀ ਹੈ। ESL ਦੀ ਗੱਲ ਕੀਤੀ ਹੈ ਤੁਸੀਂ,
ਹੁਣ ਜਿਹੜਾ ਪੰਜ ਬੈਂਡ ਓਵਰਆਲ ਨਾਲ ਜਾ ਰਿਹਾ ਉਹਨੂੰ ਤਾਂ ਜ਼ਰੂਰੀ ਹੋ ਜਾਣਾ ਫਿਰ ਫਾਊਂਡੇਸ਼ਨ ਲਾਉਣੀ, ਕਿਉਂਕਿ ਪੰਜ ਬੈਂਡ ਨੇ ਡੈਫੀਨਿਟਲੀ ਕਮਿਊਨੀਕੇਸ਼ਨ ਨਹੀਂ ਹੈ ਤੇ ਔਰ ਖਾਸ ਕਰ ਇਹ ਐਡ ਅਪ ਪ੍ਰੋਫੈਸ਼ਨਲ ਰਹੇ ਕੋਰਸ ਹੈ, ਐਡ ਅਪ ਰਹੇਗਾ ਉਹਦੇ ਵਿੱਚ ਕਿ ਕਿੰਨੇ ਸਮਾਂ ਦਾ ਰਹੇਗਾ, ਕੀ ਖਰਚਾ ਰਹਿੰਦਾ ਉਹਦਾ? ਸਰ ਫਸਟ ਆਫ ਆਲ ਉਸਦੀ ਫੀਸ ਨਹੀਂ ਹੈ, ਜੋ ESL ਹੈ ਉਹ ਤੁਹਾਡਾ ਤਕਰੀਬਨ 9 weeks ਦਾ ਵੀ ਰਹਿੰਦਾ ਹੈ ਔਰ ਡਿਪੈਂਡ ਜੋ ਪ੍ਰੀਵੀਅਸ ਡਾਕੂਮੈਂਟ ਹੈ ਕੋਈ 5.5 ਬੈਂਡਸ ਨਾਲ ਹੈ ਜਾਂ 6 bands ਨਾਲ ਵੀ ਹੈ ਔਰ ਉਹਦੇ ਕਿਸੇ ਬੈਂਡ ਦੇ ਵਿੱਚ ਜੋ ਪੁਆਇੰਟਸ ਹੈ ਮਤਲਬ ਬੈਂਡਸ ਹੈ ਘੱਟ ਹੈ ਲਾਈਕ 5 ਹੈ ਜਾਂ 4 ਹੈ ਜਾਂ 4.5 ਹੈ ਤਾਂ ਉਸਨੂੰ ਵੀ ਇਹ ਲੱਗ ਸਕਦਾ ਹੈ ਔਰ ਇਹਦੇ ਵਿੱਚ ਰਿਕੁਆਇਰਮੈਂਟ ਜੋ ਰਹੇਗੀ ਕਿ ਜੋ ਵੀ ਪੁਆਇੰਟਸ ਉਹਦੇ ਇਹਦੇ ਵਿੱਚ ਵੈਲੂਏਟ ਕੀਤੇ ਜਾਂਦੇ ਹਨ ਥਰੂ ਬਿਕੋਜ਼ ਪ੍ਰੋਸੈਸ ਹੈ ਇੱਕ ਇੰਗਲਿਸ਼ ਰਿਕੁਆਇਰਮੈਂਟ ਨੂੰ ਕੰਪਲੀਟ ਕਰਨ ਦਾ ਕਿ ਸਟੂਡੈਂਟ ਨੇ 9 weeks ਸਾਡੇ ਕਾਲਜ ਦੇ ਵਿੱਚ ESL ਐਜ਼ ਅ ਸੈਕਿੰਡ ਲੈਂਗੁਏਜ ਇਸਨੂੰ ਇੰਗਲਿਸ਼ ਐਜ਼ ਅ ਸੈਕਿੰਡ ਲੈਂਗੁਏਜ ਪਰਸਿਊ ਕੀਤਾ ਹੈ ਉਸ ਤੋਂ ਬਾਅਦ ਉਸਨੇ ਉਹਦਾ ਟੈਸਟ ਪਾਸ ਕੀਤਾ ਹੈ ਦੈਨ ਹੀ ਇਜ਼ ਮੂਵਿੰਗ ਫਾਰਵਰਡ ਫੋਰ ਦਾ ਮੇਨ ਕੋਰਸ ਸੋ ਇਸੀ ਲਈ ਇਸ ਕੋਰਸ ਨੂੰ 6 ਜਾਂ 9 months ਦੀ ਲੈਂਥ ਮਿਲ ਜਾਂਦੀ ਹੈ ਬਿਕੋਜ਼ ਫਸਟ 3 months ਆਪਾਂ ESL ਲਈ ਵੀ ਕਾਊਂਟ ਕਰ ਲੈਂਦੇ ਹਾਂ ਇਹਦੇ ਵਿੱਚ ਜੋ ਫੀਸ ਰਹੇਗੀ ਦੈਟ ਇਜ਼ ਫੋਰ ਦਾ ਮੇਨ ਕੋਰਸ ਨਾਟ ਫੋਰ ਦਾ ESL ਤੇ ਇਹ ਜਦੋਂ ਆਫਰ ਲੈਟਰ ਆਏਗੀ ਉਹ ਮੇਨ ESL ਦੀ ਆਏਗੀ ਜਾਂ ਮੇਨ ਕੋਰਸ ਦੀ ਵੀ ਆਏਗੀ ਕਿ ਦੋਨਾਂ ਦੀ ਆਏਗੀ? ਦੋਨਾਂ ਦੀ ਆਏਗੀ, ਦੋਨਾਂ ਦੀ ਆਏਗੀ। ਹੁਣ ਇੱਥੇ ਇੰਗਲਿਸ਼ ਐਜ਼ ਅ ਸੈਕਿੰਡ ਲੈਂਗੁਏਜ ਕੋਰਸ ਦੀ ਗੱਲ ਚੱਲ ਰਹੀ ਹੈ ਜੋ ਕਿ ਕਹਿ ਰਹੇ ਨੇ ਹਰਪ੍ਰੀਤ ਵੀ ਉਹਦਾ ਕੋਈ ਵੀ ਚਾਰਜਸ ਨਹੀਂ ਰਹਿਣਗੇ, ਉਸ ਤੋਂ ਬਾਅਦ 6 ਮਹੀਨੇ ਦਾ ਕੋਰਸ ਜਿਹੜਾ ਉਹ ਮੇਨ ਕੋਰਸ ਰਹੇਗਾ। ਇਹ ਜਿਹੜੇ ਟੋਟਲੀ 9 ਮਹੀਨੇ ਦਾ ਪ੍ਰੋਸੈਸ ਹੈ ਇਹਦਾ ਅਕੋਮੋਡੇਸ਼ਨ ਮਿਲਾ ਕੇ ਇਹਦਾ ਸਾਰਾ ਖਰਚਾ ਦੇਖੀ ਕਿੰਨਾ ਆਏਗਾ? ਤਕਰੀਬਨ ਡਿਪੈਂਡ ਕਰਦਾ ਕੋਰਸ ਟੂ ਕੋਰਸ ਚੋਇਸ 'ਤੇ ਵੀ। ਕਈ ਵਾਰ ਜੋ ANM GNM ਦੇ ਸਟੂਡੈਂਟਸ ਹੁੰਦੇ ਹੈ ਉਹ ਆਪਣੇ ਲਈ ਕੁਛ ਹੋਰ ਲੈਵਲ ਦੇ ਕੋਰਸਿਸ ਵੀ ਚੂਜ਼ ਕਰ ਲੈਂਦੇ ਜੋ ਅਸੀਂ ਆਪਸ਼ਨਸ ਦਿੰਦੇ ਹਾਂ, ਬਟ ਜੋ ਮਿਨੀਮਮ ਰਿਕੁਆਇਰਮੈਂਟ ਹੈ ਦੈਟ ਇਜ਼ ਅਰਾਊਂਡ $10,000 ਜੋ ਉਹਨਾਂ ਦਾ ਆਏਗਾ ਐਕਸਪੈਂਡੀਚਰ, $10,000 'ਚ ਆਏਗਾ, ਰੀਜ਼ਨ ਕੀ ਹੈ ਤੇ ਕਿਉਂ ਅਪਲਾਈ ਕਰਨਾ ਚਾਹੀਦਾ ਜਿਹੜੇ ਤੁਸੀਂ ਕਹਿ ਰਹੇ ਹੋ? ਸਰ ਰੀਜ਼ਨ ਦੇਖੋ SPP ਦਾ ਵੀ ਸਕਸੈਸ ਰੇਟ ਫਲਕਚੁਏਟਿੰਗ ਹੀ ਹੈ ਪਹਿਲੀ ਗੱਲ ਤਾਂ, ਜ਼ਰੂਰੀ ਨਹੀਂ ਹੈ ਜਿਸਨੇ SPP ਦੇ ਅੰਡਰ ਲਗਾਈ ਹੈ ਜਾਂ ਜਿਹਦੇ 6 bands ਹੈ ਉਹਦਾ ਵੀਜ਼ਾ ਆ ਜਾਂਦਾ ਹੈ ਔਰ ਜਿਨ੍ਹਾਂ ਦਾ ਨਹੀਂ ਹੈ ਉਹਨਾਂ ਦਾ ਗਰੰਟੀ ਦਾ ਸ਼ਿਓਰਿਟੀ ਕਿਸੇ ਦੀ ਵੀ ਨਹੀਂ ਹੈ ਪਹਿਲੀ ਗੱਲ ਤਾਂ। ਇੱਥੇ ਗੱਲ ਰਹੀ SPP ਬਿਕੋਜ਼ ਹੁਣ ਔਨਲਾਈਨ ਵੀ ਹੋ ਚੁੱਕਾ ਹੈ ਔਰ ਬਹੁਤ ਜ਼ਿਆਦਾ ਇੰਟਰੋਡਕਸ਼ਨ ਬਹੁਤ ਜ਼ਿਆਦਾ ਬੂਮਿੰਗ 'ਚ ਹੈ, ਮਤਲਬ ਹਰ ਕੋਈ SPP ਵੱਲ ਭੱਜਦਾ ਹੈ, ਇਸ ਕਰਕੇ ਸਾਨੂੰ ਲੱਗਦਾ ਕਿ ਜਰਨਲ ਇਜ਼ ਨੋਟ ਕੰਸੀਡਰਿੰਗ, ਪਰ ਜਰਨਲ ਦੀ ਐਪਲੀਕੇਸ਼ਨਸ ਬਹੁਤ ਘੱਟ ਹੈ, ਜਰਨਲ ਨੂੰ ਜ਼ਿਆਦਾ ਮੀਨਸ ਅਹਿਮੀਅਤ ਮਿਲ ਸਕਦੀ, ਇਸ ਕਰਕੇ ਉਹਦੇ ਵਿੱਚ ਅਪਲਾਈ ਕਰਨਾ ਮੇਰੇ ਅਕੋਰਡਿੰਗ ਬੈਟਰ ਰਹੇਗਾ ਬਿਕੋਜ਼ ਐਟਲੀਸਟ ਤੁਹਾਡੇ ਤੁਸੀਂ ਵੰਸ ਇਨ ਮਤਲਬ 100 ਚੋਂ ਇੱਕੋ ਜਿਹੜਾ ਕਿ ਇਹਨੇ ਜਰਨਲ ਕੈਟੇਗਰੀ ਬਾਰੇ ਸੋਚ ਸਕਦਾ ਕਿ ਹਾਂ ਮੈਂ ਇਹਦੇ ਵਿੱਚ ਅਪਲਾਈ ਕਰ ਸਕਦਾ ਔਰ ਮੇਰਾ ਕੇਸ ਲੁੱਕ ਫਾਰਵਰਡ ਕੀਤਾ ਜਾਏਗਾ, ਇਹਦੇ ਵਿੱਚ ਰੈਫਰ ਕੀਤਾ ਜਾਏਗਾ। ਇਹ ਪ੍ਰੋਗਰਾਮ ਬਹੁਤ ਜ਼ਿਆਦਾ ਪ੍ਰਮੋਟ ਨਹੀਂ ਕੀਤਾ ਜਾ ਰਿਹਾ, ਰੀਜ਼ਨ ਕੀ ਹੈ? ਕਿਉਂਕਿ SPP ਬਹੁਤ ਵੱਡੇ ਪੱਧਰ 'ਤੇ ਇਸ ਟਾਈਮ ਜਿਹੜਾ ਸੈਮੀਨਾਰਸ ਵੀ ਲੱਗ ਰਹੇ ਨੇ, ਪ੍ਰਮੋਟ ਵੀ ਹੋ ਰਿਹਾ, ਅਲੱਗ ਅਲੱਗ ਜਗ੍ਹਾ 'ਤੇ ਉਹਨੂੰ ਦੱਸਿਆ ਵੀ ਜਾ ਰਿਹਾ, ਰੈਪ੍ਰਜੈਂਟੇਟਿਵਸ ਵੀ ਆਏ ਹੋਏ ਨੇ, ਇਹਦੇ ਬਾਰੇ ਇੰਨੀ ਜਾਣਕਾਰੀ ਨਹੀਂ ਮਿਲ ਪਾ ਰਹੀ ਨਰਸਿੰਗ ਵਾਲਿਆਂ ਨੂੰ, ਕਿਉਂ? ਫਸਟ ਆਫ ਆਲ ਜੇ ਨਰਸਿੰਗ ਜਰਨਲ ਦੇ ਵਿੱਚ ਇੰਟਰੋਡਿਊਸ ਹੀ ਹਾਲ ਫਿਲਹਾਲ ਵਿੱਚ ਹੋਇਆ, ਪਹਿਲੀ ਗੱਲ ਤਾਂ ਇਹ ਹੈ ਬਿਕੋਜ਼ ਇਸ ਤੋਂ ਪਹਿਲਾਂ IT ਅਕਾਊਂਟਿੰਗ ਔਰ ਬਿਜ਼ਨਸ ਜਿਹੜੇ ਕਾਲਜ ਕਰਾਉਣ ਲੱਗੇ ਪਹਿਲਾਂ ਉਹਨਾਂ ਨੇ ਇਹ ਸ਼ੁਰੂ ਕਰਨਾ ਹਾਲੇ ਕੋਰਸ ਇਹਨੂੰ ਕਰਾਉਣਾ ਨਹੀਂ, ਇਟਸ ਨੋਟ ਲਾਈਕ ਦੈਟ ਕਿ ਆਲਰੇਡੀ ਕੈਨੇਡਾ ਦੇ ਵਿੱਚ ਉਹ ਕਰ ਰਹੇ ਹੈ ਕੋਰਸਿਸ ਔਰ ਜੋ ਉਹਨਾਂ ਦੀ ਕੈਨੇਡਾ ਇੰਡੀਆ ਤੋਂ ਇਲਾਵਾ ਜੋ ਦੂਸਰੇ ਕੰਟਰੀਜ਼ ਦੇ ਉੱਥੇ IIMs ਆਉਂਦੇ ਆ ਲਾਈਕ ਇੰਟਰਨੈਸ਼ਨਲੀ ਐਜੂਕੇਟਡ ਨਰਸਿਸ ਆਉਂਦੇ ਆ, ਉਹਨਾਂ ਨੇ ਨਾਲ ਆਲਰੇਡੀ ਪ੍ਰੋਸੈਸ ਚੱਲ ਰਿਹਾ ਉਹਨਾਂ ਦਾ, ਬਟ ਦੇ ਆਰ ਟੈਸਟਿੰਗ ਫਸਟ ਟਾਈਮ ਇਨ ਇੰਡੀਆ ਕਿ ਇੰਡੀਅਨਸ ਨੂੰ ਵੀ ਇਹ ਓਪਰਚੁਨਿਟੀ ਪ੍ਰੋਵਾਈਡ ਕੀਤੀ ਜਾਏ ਨਰਸਿਸ ਨੂੰ ਜੋ ਉੱਥੇ ਦੇ ਰਜਿਸਟਰਡ ਨਰਸਿਸ ਆ, ਇੱਥੇ ਆ ਕੇ ਇੱਕ ਟੈਸਟ ਪਾਸ ਕਰਕੇ ਆਪਣੀ ਐਜੂਕੇਸ਼ਨ ਤੋਂ ਬਾਅਦ ਇੱਥੇ ਓਪਰਚੁਨਿਟੀ ਦਿੱਤੀ ਜਾਏ ਉਹਨਾਂ ਨੂੰ ਕੰਮ ਕਰਨ ਦੀ। ਜਿਹਨੇ ਇੱਕ ਪ੍ਰੋਫੈਸ਼ਨਲੀ ਕੰਮ ਕਰਨਾ ਹੈ ਉਹਨੂੰ 5 band 'ਤੇ ਐਡਮਿਸ਼ਨ ਦੇ ਕੇ ESL ਕਰਵਾ ਕੇ ਕਮਿਊਨੀਕੇਸ਼ਨ ਲੈਵਲ ਕਿੰਨਾ ਕੁ ਮੰਗਣਗੇ ਉਹ ਵੀ, ਉਸ ਤੋਂ ਬਾਅਦ ਜਦੋਂ ਕੋਰਸ ਪੂਰਾ ਕਰ ਲਵੇ ਬੱਚਾ ਤਾਂ ਕਮਿਊਨੀਕੇਸ਼ਨ ਲੈਵਲ ਕੀ ਹੋਣਾ ਚਾਹੀਦਾ? ਡੈਫੀਨੇਟਲੀ ਜੋ ਮੋਡਰੇਟ ਤਾਂ ਹੋਣਾ ਹੀ ਚਾਹੀਦਾ ਹੈ ਬਿਕੋਜ਼ ਆਲ ਆਫ ਸਡਨ ਇੱਕ ਕੋਰਸ ਪਾਸ ਕਰਨ ਨਾਲ ਤੁਹਾਡਾ ਹਾਈ ਲੈਵਲ ਨਹੀਂ ਹੋ ਜਾਂਦਾ ਹੈ, ਔਨ ਪੇਪਰਸ ਹੋ ਸਕਦਾ ਹੈ, ਬਟ ਜੇ ਤੁਹਾਡਾ ਇਨਵਾਇਰਮੈਂਟ ਹੁੰਦਾ ਉਹ ਹੌਲੀ ਹੌਲੀ ਮੋਡਰੇਟ ਤੋਂ ਹਾਈ ਵੱਲ ਜਾਂਦਾ ਹੈ ਪਹਿਲੀ ਗੱਲ ਤਾਂ, ਸੋ ਮੋਡਰੇਟ ਲੈ ਕੇ ਚੱਲ ਸਕਦੇ ਹਾਂ ਆਪਾਂ, ਮੋਡਰੇਟ ਲੈ ਕੇ ਚੱਲ ਸਕਦੇ ਹਾਂ। ਇੱਥੇ ਕਾਫੀ ਬੱਚੇ ਹੋਣਗੇ ਜਿਹੜੇ ਆਲਰੇਡੀ ਅਪਲਾਈ ਕਰਨਾ ਚਾਹੁੰਦੇ ਨੇ ਕੈਨੇਡਾ, ਜਿਹੜੇ ਬੈਂਡਸ ਕਰਕੇ ਨਹੀਂ ਕਰ ਪਾਏ, ਜਿਨ੍ਹਾਂ ਨੇ GNM ਕੀਤੀ ਹੈ ਜਾਂ ANM ਕੀਤੀ ਹੈ, ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ? ਮੈਂ ਉਹਨਾਂ ਨੂੰ ਹੀ ਕਹਾਂਗੀ ਉਹਨਾਂ ਨੇ ਬੈਂਡਸ ਕਰਕੇ ਜੋ ਰਿਕੁਆਇਰਮੈਂਟਸ ਨਹੀਂ ਅਪਲਾਈ ਕੀਤੇ ਤਾਂ ਜੇ ਉਹਨਾਂ ਦੇ 5 bands ਹੈ ਇਫ ਦੇ ਆਰ ਥਿੰਕਿੰਗ ਕਿ ਮੀਨਸ ਅਸੀਂ ਕਿਤੇ ਨਹੀਂ ਅਪਲਾਈ ਕਰ ਸਕਦੇ, ਬਟ ਸਟਿਲ ਦੇਰ ਇਜ਼ ਅ ਟਾਈਮ ਤੁਸੀਂ ਅਪਲਾਈ ਕਰ ਸਕਦੇ ਹੋ, ਜੁਲਾਈ ਅਗਸਤ ਦੇ ਬੈਚਸ ਤੁਹਾਨੂੰ ਆਰਾਮ ਨਾਲ ਮਿਲ ਸਕਦੇ ਔਰ ਇਹਦੇ ਵਿੱਚ ਇੰਟੇਕ ਜਾਂ ਪ੍ਰੋਵਿੰਸਿਸ ਕਿਹੜੇ ਕਿਹੜੇ ਰਹਿਣਗੇ, ਕਿਹੜੇ ਕਿਹੜੇ ਏਰੀਆ 'ਚ ਬੱਚੇ ਜਾਣਗੇ? ਇਹਦੇ ਵਿੱਚ ਓਨਟਾਰੀਓ, ਵੈਨਕੂਵਰ ਔਰ ਬਾਕੀ ਦੂਸਰੀ ਕੰਟਰੀ ਜਿਨ੍ਹਾਂ ਦੇ ਕੈਂਪਸ ਬਹੁਤ ਜ਼ਿਆਦਾ ਐਕਸਪੈਂਡ ਵਿੱਚ ਹੈ ਉਹਨਾਂ ਕਾਲਜ ਦੇ ਤੁਹਾਨੂੰ ਆਫਰ ਲੈਟਰਸ ਮਿਲ ਸਕਦੇ ਔਰ ਕੈਂਪਸ ਮਿਲ ਸਕਦੇ ਹੈ ਉਹਨਾਂ ਦੇ। ਇਹ ਪ੍ਰੋਗਰਾਮ ਨੂੰ ਕਿਸ ਨਾਮ ਨਾਲ ਜਾਂ ਕਿਹੜੀ ਕੈਟੇਗਰੀ ਵਾਈਜ਼ ਦੇਖਿਆ ਜਾਏਗਾ ਜੇ ਬੱਚੇ ਦੁਆਰਾ ਰਿਸਰਚ ਕਰਨਾ ਚਾਹੁੰਦਾ ਇੰਟਰਨੈਟ 'ਤੇ, ਕਿਹੜਾ ਪ੍ਰੋਗਰਾਮ ਹੈ ਇਹ? ਬੇਸਿਕਲੀ
टेस्ट या किसी हर चीज़ में, फिलहाल कैनेडा दे विच एनसीलेक्स टेस्ट नू भी एक नाम दिता गया है, और बट एनसीलेक्स इंडियनली हजे इन्ना प्रमोट नहीं किया जा रहा है, बिकॉज कभी कई बार ऑनलाइन रिक्वायरमेंट्स ही नहीं फिल हो पाती हैं। कई बार सी कैंडिडेट्स से एनसीलेक्स टेस्ट लिए प्रोफाइल्स भेजते हैं जो साढ़े को कैंडिडेट्स आते हैं, तो जो कॉलेज है उन्होंने एलिजिबल ही नहीं करते हैं जस्ट बिकॉज क्योंकि उन्होंने इंग्लिश प्रोफिशंसी उतने नहीं एडअप हो पाती। बट जो हूँ रीसेंट प्लान आया है वो इंट्रोड्यूस भी कर रहे हैं उन्होंने और उन्होंने रिकमेंड भी कर रहे हैं। सो कनाडा बारे जिन्होंने ए एन एम या जी एन एम की उन्होंने बारे गलबात चल रही है, कोई मन सवाल, कोई डाउट, कोई कन्फ्यूजन है तो हरप्रीत नाल उन्होंने टीम के नाल जो टीवी स्क्रीन पर नंबर फ्लैश हो रहे हैं कॉल करके गलबात की जा सकती है, राबता कायम किया जा सकता है, तो खास उन्हों तक क्वेरी फ्री ऑफ कॉस्ट असैसमेंट लिए की जा सकती है। इस शो के असी गैस न लैके आने सद्दा देने ताकि थोड़ी क्वेरीज उन्होंने सांझी की जा सकन, तो इस मंच के थ्रू थोड़े तक वो जानकारी पहुँचाई जा सके। साडा कभी भी ये मोटिव नहीं रहा भी सिर्फ जेडे असी बुला रहे गैसट हाँ उन्हों को ही फाइल लाओ, असी कभी भी ये नहीं कहें, असी कहने फ्री ऑफ कॉस्ट असैसमेंट लिए कॉल कर सकते हो उन्हों तक, उस तो बाद डिसीजन जो आप लेना कदों किमें कि वो फाइल लाना चाहते हो। काफ़ी बच्चे ने जोड़े देश प्रदेश के दे पेज पर आके रिकमेंडेशनस मंगते हैं भी असी कि फाइल लाइए, सो सॉरी इदा तो कोई भी सवाल ना करा करो साढ़े पेज पर, सिर्फ इसलिए किया गया ताकि सवाल भेजो, जिमें कि सवाल आए हैं तो असं ए एन एम जी एन एम बारे डिस्कशन कर रहे हैं, डिस्कशन की जाएगी, कोई भी रिकमेंडेशन साढ़े पेज वालों जी थोड़ू नहीं दी जाएगी। सो तुसी की मैं प्रोफाइल की रिकमेंडेशन मांगदा, किस तरह की प्रोफाइल होवे जिन्हों तुसी मानते हो भी उन्होंने अप्लाई कर लेना चाहिए स्कूल्स? सब तो पहली गल तो उन्होंने रजिस्टर्ड नर्स होना बहुत जरूरी है पंजाब या जो भी उन्होंने बोर्ड है या फिर इंडियन गवर्नमेंट एंड। दूसरा चीज़ उन्होंने जो प्रीवियस स्टडी है दैट शुड बी रेलिवेंट, और उन्होंने एक्सपीरियंस जो घट्टो घट एक साल का होना चाहिए ताकि वो अप्लाई कर सकन। ऐसा नहीं है कि तुम ए एन एम जी एन एम की और यू नॉट टेस्टिंग योर सैल्फ विद योर प्रैक्टिस तो तुम अप्लाई कर पाओ। इस तरह कुछ कुछ हूँ जी नर्सिज ऑलरेडी एक्सपीरियंस ने मैरिड भी हो चुकी ने ਉਹਨਾਂ ਲਈ ਕੀ ਸਕੋਪ ਹੈ? 35 ਤੱਕ ਦੀ ਏਜ ਦਾ ਕ੍ਰਾਈਟੇਰੀਆ ਹੈ ਇਹਦੇ ਵਿੱਚ। ਨਹੀਂ ਸਪਾਊਸ ਨੂੰ ਲੈ ਕੇ, ਸਪਾਊਸ ਨੂੰ ਸਿਰ ਸਪਾਊਸ ਟੂ ਬੀ ਵੈਰੀ ਫਰੈਂਕ ਸਪਾਊਸ ਨਾਲ ਨਹੀਂ ਜਾ ਸਕਦਾ ਹੈ ਫਿਲਹਾਲ ਲਈ, ਬਟ ਇਹ ਹੈ ਆਫਟਰ 6 ਮੰਥਸ ਦੇ ਕੈਨ 6 ਮਹੀਨੇ ਬਾਅਦ 6 ਮਹੀਨੇ ਬਾਅਦ ਦੇ ਕੈਨ ਅਪਲਾਈ ਐਜ਼ ਅ ਡਿਪੈਂਡੈਂਟ ਫॉर देम, ਬਟ ਇਹਦੇ ਵਿੱਚ ਨਾਲ ਨਹੀਂ ਜਾ ਸਕਦਾ ਸਪਾਊਸ। ਫੀਸ ਸਟ੍ਰਕਚਰ ਦੀ, ਫੰਡਸ ਦੀ, ਉਹਦੀ ਫਾਰਮੈਲਿਟੀਜ਼, ਉਹਦਾ ਖਰਚਾ ਕਿੰਨਾ ਕਰੇਗਾ? फीस मैं ऑलरेडी तुम दस चुकी कि तकरीबन जो खर्चा है $10,000 आएगा। उस तो अलावा जो फंड की रिक्वायरमेंट की गल की जाए तो 15 to 17 lakhs के फंड चाहिए जो 70% एजुकेशन लोन होना चाहिए तकरीबन। वो मैंडेटरी है, वो मैंडेटरी है, करना ही करना है। सो ए काफ़ी ए एन एम तो जी एन एम वाले बच्चे होंगे जिन्होंने क्लैरिटी हो पाई होगी, नहीं हुई तो इन्हों का सीधा रबता भी कायम कर सकते हो। इस तो अलावा आप टॉपिक चेंज करिए, कोई खास गलबात जी मैं नहीं पूछ पाया? उस तो अलावा मैं तुम्हें यही चीज़ कहना चाहूँगी कि जो ए एन एम जी एन एम नवी अपॉर्चुनिटी है, एक बार इस असैसमेंट लो, फ्री काउंसलिंग लो, ये कोई कोई फ्री काउंसलिंग के कोई पैसे नहीं है। जो तुम लगता है कि ये प्लान तुहाडे प्रोफेशन अगे लेके जा सकता है, तुसी अपने प्रोफेशन इंटरनेशनली इनहैंस कर सकते हो, तो तुसी इस प्रोफाइल लिए साडे कोल विजिट कर सकते हो। जी सो बिल्कुल हरप्रीत ने ठीक किया, काउंसलिंग दे कोई भी पैसे नहीं ने, काउंसलिंग तुसी लै सकते हो, उस तो बाद जिवें भी जिहदे कोलों जदों भी फाइल लाना चाहुंदे हो जे दिल मनदा तां ला सकते हो। सो हुण गल करदे हां जी माइनर प्रोग्राम्स बारे, उन्हां बारे भी बहुत सवाल ने। सब तो पहला सवाल आउंदा वीज़ा लगदा कि नहीं लगदा, कंट्री आपां कोई भी लै लईए आस्ट्रेलिया न्यूजीलैंड कैनेडा, सब तो पहला सवाल इत्थों शुरू करांगे, वीज़ा लग रहा कि नहीं लग रहा? वीजा लगते भी और सर नहीं भी लगते हैं। ਤੁਸੀਂ ਦੋਨੋਂ ਪਾਸੇ ਇਹੀ ਤਾਂ ਚੀਜ਼ ਦੇ ਕਨਫਿਊਜ਼ਨ ਹੈ, ਤਾਂ ਹੀ ਤਾਂ ਅਸੀਂ ਐਕਸਪਰਟ ਨੂੰ ਪੁੱਛਿਆ। ਸਰ ਕਨਫਿਊਜ਼ਨ ਇਹ ਦੇਖੋ ਦੇਖਿਆ ਜਾਏ ਤਾਂ ਕਨਫਿਊਜ਼ਨ ਸਾਡੇ ਨਾਲ ਵੀ ਇਹੀ ਰਹਿੰਦੀ ਹੈ ਕਿ ਅਸੀਂ ਮੈਂ ਤੁਹਾਨੂੰ ਲਾਸਟ ਆਪਣੇ ਸ਼ੋਅ ਵਿੱਚ ਵੀ ਦੱਸਿਆ ਸੀ ਕਿ ਐਗਜ਼ਾਮਪਲ ਹੈ ਕਿ ਦੋ ਬੱਚਿਆਂ ਦੀ ਫਾਈਲ ਬਿਲਕੁਲ ਸੇਮ ਹੈ ਔਰ ਉਹਨੂੰ ਇੱਕੋ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ, ਇੱਕ ਦਾ ਵੀਜ਼ਾ ਆ ਜਾਂਦਾ, ਇੱਕ ਦਾ ਨਹੀਂ ਆਉਂਦਾ। जवाब नहीं आता, कुछ भी जवाब नहीं आता, और डिटेल जो ऑनलाइन अवेलेबल जो रिक्वायरमेंट और सब कुछ चीजें प्रॉपर सानू भी आंसर नहीं मिल पाता है, बट जिन्ना हो सके हर बार असीं पॉलिश करने की कोशिश करते हैं कि कितने कितने फाइल नूं होर पॉलिश किया जाए जो पहला गलतियां हुई और ना हो, बट फिर भी कितना कितने कुछ ना कुछ ऐसा रह जाता है जिस करके वीजा की सक्सेस रेट्स कट जाते हैं। पर हरप्रीत काफ़ी ICCRC मैंबर ने जिन्होंने शो द्वारा किया भी स्कूलिंग के वीज़ा कैनेडा के खासकर नहीं लगते, अप्लाई नहीं करना चाहिए,
ਤੁਸੀਂ ਇਸ ਚੀਜ਼ ਨੂੰ ਕਹਿ ਰਹੇ ਹੋ ਵੀਜ਼ਾ ਲੱਗਦੇ ਵੀ ਨਹੀਂ, ਬਟ ਠੀਕ ਹੈ ਤੁਸੀਂ ਇਹ ਵੀ ਕਿਹਾ ਵੀ ਨਹੀਂ ਵੀ ਲੱਗਦੇ, ਉਹਦੇ 'ਚ ਉਹ ਗੱਲ ਵੀ ਆ ਜਾਂਦੀ, ਬਟ ਜਿਨ੍ਹਾਂ ਦੇ ਲੱਗਦੇ ਨਹੀਂ ਆ ਉਹਨਾਂ ਦਾ ਜਿਹੜਾ ਕਹਿਣਾ ਵੀ ਨਾ ਅਪਲਾਈ ਕਰੋ, ਕਿਉਂ? ਸਰ ਪਹਿਲੀ ਗੱਲ ਤਾਂ ਜੋ ਉਹਨਾਂ ਮੈਂਬਰਸ ਨੂੰ ਮੈਨੇ ਬਿਕੋਜ਼ ਦੇ ਵੈਲ ਐਜੂਕੇਟਡ ਅਬਾਊਟ ਦ ਪ੍ਰੋਸੈਸ ਆਫ ਕੈਨੇਡਾ, ਉਹਨਾਂ ਨਾਲ ਮੈਂ ਆਪਣੀ ਆਪਣੀ ਥੋਟਸ ਨੂੰ ਕੰਪੈਰੀਜ਼ਨ 'ਚ ਨਹੀਂ ਲੈ ਕੇ ਆ ਸਕਦੀ, ਬਟ ਜਿੱਥੇ ਗੱਲ ਰਹੀ ਜੋ ਅੱਜ ਤੱਕ ਮੈਂ ਫਾਈਲਾਂ ਦੇਖੀਆਂ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵੀਜ਼ਾਸ ਲੱਗਦੇ ਹੈ, ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀ ਪ੍ਰੋਫਾਈਲ ਉਵੇਂ ਹੀ ਤਿਆਰ ਕੀਤੀ ਜਾਂਦੀ ਹੈ ਜਿਵੇਂ ਬਾਕੀ ਸਟੂਡੈਂਟਸ ਦੀ ਕੀਤੀ ਜਾਂਦੀ, ਕੋਈ ਵਿਤਕਰੇ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ, ਪਰ ਪ੍ਰੋਬਲਮ ਇਹ ਹੈ ਕਿ ਜਦ ਵੀ ਮੀਨਸ ਡੈਫੀਨੇਟਲੀ ਜਦ ਵੀ ਕਿਸੇ ਨੂੰ ਰਿਜੈਕਸ਼ਨ ਫੇਸ ਹੁੰਦਾ ਉਹਨਾਂ ਦਾ ਇੱਕ ਮਾਇੰਡ ਸੈਟ ਹੁੰਦਾ ਕਿ ਵੀਜ਼ਾ ਸ਼ਾਇਦ ਨਹੀਂ ਲੱਗਦੇ ਬਿਕੋਜ਼ ਇਹ ਨਿਊਜ਼ ਵੀ ਹੈ, ਬਟ ਦੇਰ ਆਰ ਆਲਵੇਸ ਚਾਂਸਸ, ਰਿਸਕ ਤਾਂ ਹਰ ਚੀਜ਼ ਦੇ ਵਿੱਚ ਆਉਂਦਾ ਹੈ। ਦੇਖੋ ਸ਼ਿਓਰਿਟੀ ਹੈ, ਗਰੰਟੀ ਆਪਾਂ ਪਹਿਲਾਂ ਵੀ ਗੱਲ ਕੀਤਾ, ਕਿਸੇ ਵੀ ਨਹੀਂ ਵੀਜ਼ਾ ਨਹੀਂ ਹੈ, ਨਾ ਇਵਨ ਇਹ ਇਕੱਲੀ ਕੈਨੇਡਾ ਦੇ ਨਹੀਂ, ਕਿਸੇ ਵੀ ਕੰਟਰੀ ਨੂੰ ਲੈ ਲਓ, ਕਿਸੇ ਵੀ ਕੰਟਰੀ ਦਾ ਆਪਾਂ ਜੋ ਵੀਜ਼ਾ ਹੈ ਭਾਵੇਂ ਉਹ ਸਟੂਡੈਂਟ ਵੀਜ਼ਾ ਮੇਜਰ 'ਚ ਹੋਵੇ, ਮਾਈਨਰ 'ਚ ਹੋਵੇ ਜਾਂ ਕੋਈ ਹੋਰ ਵੀ ਤਰ੍ਹਾਂ ਦਾ ਟਾਈਪ ਦਾ ਵੀਜ਼ਾ ਹੋਵੇ, ਨੋਬਡੀ ਕੈਨ ਅਸ਼ਿਓਰ ਔਰ ਗਾਰੰਟੀ ਅਬਾਊਟ ਇਟ, ਕੋਈ ਕਿਸੇ ਚੀਜ਼ ਬਾਰੇ ਬਿਲਕੁਲ, ਜਾਂ ਤਾਂ ਗਰੰਟੀ ਗੋਡ ਦੇ ਸਕਦਾ ਜਾਂ ਫਰਾਡ ਦੇ ਸਕਦਾ, ਸੋ ਇਹ ਚੀਜ਼ਾਂ ਬਿਲਕੁਲ ਕੰਮ ਕਰਦੀਆਂ। ਬਟ ਹੁਣ ਵੀਸੀਸੀ ਦੀ ਗੱਲ ਕਰੀਏ, ਕਾਫੀ ਪਿਛਲੇ ਲੰਬੇ ਸਮੇਂ ਤੋਂ ਮਾਈਨਰ ਪ੍ਰੋਗਰਾਮ ਨੂੰ ਪ੍ਰਮੋਟ ਕਰ ਰਿਹਾ, ਕਿਸ ਤਰ੍ਹਾਂ ਦਾ ਫੀਡਬੈਕ, ਕਿਸ ਤਰ੍ਹਾਂ ਦਾ ਸਕਸੈਸ ਰੇਟ ਦੇਖਣ ਨੂੰ ਮਿਲਿਆ, ਕਿਹਨਾਂ ਪ੍ਰੋਫਾਈਲਸ ਦੇ ਵੀਜ਼ਾ ਦੇਖਣ ਨੂੰ ਮਿਲੇ ਨੇ? ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਜੇ ਸਕਸੈਸ ਰੇਟ ਦੀ ਗੱਲ ਕਰਾਂ ਤਾਂ ਸਕਸੈਸ ਰੇਟ ਹਮੇਸ਼ਾ ਫਲਕਚੁਏਟਿੰਗ ਰਿਹਾ ਇਨਟੇਕ ਵਾਈਜ਼, ਸਮਟਾਈਮ ਇਟਸ 60%, ਸਮਟਾਈਮ ਇਟਸ 80%, ਸਮਟਾਈਮ ਇਟਸ 40%, ਔਰ ਇਸਦੇ ਵਿੱਚ ਇੰਬੈਸੀ ਦੇ ਆਪਣੇ ਪ੍ਰੋਟੋਕੋਲਸ ਔਰ ਆਪਣੇ ਇਨ ਐਂਡ ਆਊਟਸ ਦੀ ਵੀ ਗੱਲ ਕਰ ਸਕਦੇ ਹਾਂ। ਪਰ ਜਿੱਥੇ ਗੱਲ ਰਹੀ ਜਿਨ੍ਹਾਂ ਪ੍ਰੋਫਾਈਲਸ ਨੂੰ ਵੀਜ਼ਾ ਮਿਲੇ ਹੈ ਉਹਨਾਂ ਦੇ ਵਿੱਚ ਉਹ ਪੇਰੈਂਟਸ ਵੀ ਹੈ ਜਿਨ੍ਹਾਂ ਦੇ ਬੱਚੇ ਪੇਰੈਂਟਸ ਗਵਰਨਮੈਂਟ ਜੋਬ 'ਤੇ ਹੈ, ਉਹਨਾਂ ਪੇਰੈਂਟਸ ਨੂੰ ਵੀ ਮਿਲੇ ਜਿਨ੍ਹਾਂ ਦੇ ਪੇਰੈਂਟਸ ਐਗਰੀਕਲਚਰਿਸਟ ਹੈ ਜਾਂ ਜਿਹੜੇ ਪ੍ਰਾਈਵੇਟ ਜੋਬਸ 'ਤੇ ਹੈ ਜਾਂ ਆਪਣਾ ਬਿਜ਼ਨਸ ਕਰ ਰਹੇ, ਤਾਂ ਵਰਾਇਟੀ ਆਫ ਪਰਸਨ ਇਜ਼ ਦੇਅਰ, ਤਾਂ ਆਪਾਂ ਇਹ ਨਹੀਂ ਕਹਿ ਸਕਦੇ ਇਸ ਨੂੰ ਲੱਗ ਸਕਦਾ ਔਰ ਉਸ ਨੂੰ ਨਹੀਂ ਲੱਗ ਸਕਦਾ, ਮੇ ਬੀ ਸਟੂਡੈਂਟ ਪ੍ਰੋਫਾਈਲ 'ਤੇ ਵੀ ਬਹੁਤ ਡਿਪੈਂਡ ਕਰਦਾ। ਸਟੂਡੈਂਟ ਪ੍ਰੋਫਾਈਲ ਅਸੀਂ ਹਰ ਵਾਰ ਮੀਨਸ ਆਪਣੇ ਅਕੋਰਡਿੰਗ ਤਾਂ ਹਮੇਸ਼ਾ ਸਕੂਲ ਕਾਲਜ ਦੀ ਰਿਕੁਆਇਰਮੈਂਟ ਭਰ ਕੇ ਭੇਜਦੇ ਹਾਂ ਜਾਂ ਜੋ ਇੰਬੈਸੀ ਦੀ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਉਸਨੂੰ ਫਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਮੇ ਬੀ ਸਮਟਾਈਮਸ ਇੰਬੈਸੀ ਦਾ ਇੱਕ ਮਾਇੰਡ ਸੈਟ ਹੈ ਕਿ ਪਰਟੀਕੁਲਰ ਇੱਕ ਹਾਊਸ ਤੋਂ ਹੀ ਸਾਰੀ ਮੀਨਸ ਇੰਬੈਸੀ ਫਾਈਲਸ ਆ ਰਹੀਆਂ, ਤਾਂ ਮੇ ਬੀ ਦੇ ਡੋਂਟ ਵਾਂਟ ਟੂ ਗ੍ਰਾਂਟ ਐਵਰੀ ਵੀਜ਼ਾ ਟੂ ਅਸ, ਇਹ ਵੀ ਤੁਸੀਂ ਕਹਿ ਸਕਦੇ ਹੋ। ਮਾਈਨਰ ਕਿਹੜੇ ਬੱਚੇ ਨੂੰ ਕਿੱਦਾਂ ਦੇ ਪੇਰੈਂਟਸ ਦੀ ਫਾਈਨੈਂਸ਼ੀਅਲ ਸਥਿਤੀ ਹੋਵੇ ਜਿਨ੍ਹਾਂ ਨੂੰ ਅਪਲਾਈ ਕਰਨਾ ਚਾਹੀਦਾ, ਕੀ ਐਕਸਪੀਰੀਅੰਸ ਕਹਿੰਦਾ ਤੁਹਾਡਾ? ਮੇਰੇ ਅਕੋਰਡਿੰਗ ਜੋ ਪੇਰੈਂਟਸ ਨਾਨਾਗਰ ਦੇ ਵੀ 3.5 ਤੋਂ ਅਬਵ ਕਮਾ ਰਹੇ ਹੈ, ਔਰ ਇਹ ਨਹੀਂ ਕਿ ਅੱਜ ਦੇ ਕਮਾ ਰਹੇ ਹੋਣ, ਇਟਸ ਸ਼ੁੱਡ ਬੀ ਅ ਲੌਂਗ ਲੈਂਥ ਆਫ ਕਰੀਅਰ। 3.5 ਲੱਖ ਤੋਂ ਉੱਪਰ ਜਿਹਦਾ ਐਨੁਅਲੀ ਇਨਕਮ ਹੈ, ਐਨੁਅਲੀ ਇਨਕਮ ਹੈ, ਔਰ ਲੈਂਥ ਵਾਈਜ਼ ਉਹਨਾਂ ਦਾ ਕਰੀਅਰ ਜੋ ਹੈ ਥੋੜ੍ਹਾ 5-6 ਈਅਰਸ 10 ਈਅਰਸ ਤੱਕ ਲੈਂਥ ਹੋਣਾ ਚਾਹੀਦਾ, ਉਹ ਪੇਰੈਂਟਸ ਇਸ ਬਾਰੇ ਸੋਚ ਸਕਦੇ ਆ ਬਿਕੋਜ਼ ਉਹਨਾਂ ਦੀ ਜੋ ਸੇਵਿੰਗਸ ਹੈ ਜਾਂ ਕੁਛ ਹੈ ਉਹ ਇੱਕ ਪਰਟੀਕੁਲਰ ਰਾਈਟ ਟਰੈਕ ਹੈ ਕਿ ਹਾਂ ਉਹਦੇ ਵਿੱਚ ਕੋਈ ਫਰੋਡ ਨਹੀਂ ਹੈ, ਦੇ ਵਰਕਿੰਗ ਫਰਮਸ ਦਿਸ ਟਾਈਮ ਅਤੇ ਉਹਨਾਂ ਦੀ ਸਾਰੀ ਮੇਨਟੇਨ ਕਰਦੇ ਆ ਰਹੇ ਹੈ ਚੀਜ਼ਾਂ, ਐਸਾ ਨਹੀਂ ਕਿ ਉਹਨਾਂ ਨੇ ਵਾਂਸ ਸੋਚ ਕੇ ਉੱਠ ਕੇ ਸਭ ਕੁਝ ਕਰਵਾ ਲਿਆ ਹੈ, ਤਾਂ ਜਦ ਵੀ ਅਸੀਂ ਮੀਨਸ ਫਾਈਨੈਂਸ਼ੀਅਲ ਮੈਨੇਜ ਕਰਨ ਦੀ ਗੱਲ ਕਰਦੇ ਹਾਂ ਹਮੇਸ਼ਾ ਪੇਰੈਂਟਸ ਨੂੰ ਸਮਝਾਉਂਦੇ ਕਿ ਇਸ ਨੂੰ ਥੋੜ੍ਹਾ ਲੈਂਥ ਵਿੱਚ ਦਿਖਾਓ, ਤਾਂ ਤੁਹਾਨੂੰ ਪਤਾ ਹੀ ਹੈ ਕਿ ਟਾਈਮ ਸ਼ਾਰਟੇਜ ਕਰਕੇ ਪੇਰੈਂਟਸ ਹਮੇਸ਼ਾ ਕਹਿੰਦੇ ਨਹੀਂ ਜੀ ਤੁਸੀਂ ਐਵੇਂ ਹੀ ਲਗਾ ਦਿਓ, ਤਾਂ ਇਹ ਵੀ ਪ੍ਰੋਬਲਮ ਹੈ। ਉੱਥੇ ਗਲਤੀਆਂ ਫਿਰ ਆਪਣੀਆਂ ਨੇ ਜਿਹੜਾ ਆਪਾਂ ਕਹਿੰਦੇ ਰਿਜੈਕਸ਼ਨਸ ਆ ਗਈਆਂ, ਦੇਖਿਆ ਜਾਏ ਤਾਂ ਅਸੀਂ ਪੇਰੈਂਟਸ ਨੂੰ ਵੀ ਇਹੀ ਸਮਝਾਉਂਦੇ ਹਾਂ ਕਿ ਤੁਸੀਂ ਇੱਕ ਐਗਜ਼ਾਮਪਲ ਲੈ ਲਓ, ਮੈਨੇ ਇੱਕ ਪੇਰੈਂਟ ਨੂੰ ਕਿਹਾ ਕਿ ਤੁਹਾਨੂੰ ਇੱਕ FD ਮੀਨਸ ਕਰਵਾ ਕੇ ਰੱਖਣੀ ਜਿਹੜੀ ਫਿਕਸ ਡਿਪੋਜ਼ਿਟ ਹੈ ਉਹ ਤੁਸੀਂ ਦਿਖਾ ਸਕਦੇ ਹੋ ਫੰਡਸ ਦੇ ਵਿੱਚ, ਪੇਰੈਂਟਸ ਨੂੰ ਇਹ ਗੱਲ ਕਹੀ ਜਾਂਦੀ ਹੈ, ਉਹ ਪੇਰੈਂਟ ਦਾ ਕੀ ਹੁੰਦਾ ਕਿ ਉਸਨੇ ਕੋਈ ਚੀਜ਼ ਸੇਲ ਕਰਨੀ ਹੈ ਉਹਦੀ ਸੇਲ ਡੀਡ ਰੱਖ ਲੈਣਗੇ, ਔਰ ਸੇਮ ਡੇ ਸਪੋਜ਼ ਜਿਵੇਂ 10 ਦਿਨ ਰਹਿ ਗਏ ਫਾਈਲ ਅਪਲਾਈ ਕਰਨ ਨੂੰ, ਉਹ FD ਸਾਡੇ ਹੱਥ 'ਚ ਦੇ ਦੇਣਗੇ, ਤਾਂ ਨਹੀਂ ਚੱਲੇਗੀ, ਤਾਂ ਫਿਰ ਤੁਸੀਂ ਫਾਈਲ ਹੀ ਨਾ ਲਾਓ, ਇਹ ਤਾਂ ਕੰਸਲਟੈਂਟ ਕਹਿ ਦਿੰਦੇ ਹਾਂ ਸਰ ਕਿ ਤੁਹਾਡੇ ਕੋਲ ਪੈਸਾ ਕਿੱਥੋਂ ਆਇਆ, ਇਸ ਚੀਜ਼ ਦਾ ਸੋਰਸ ਆਫ ਇਨਕਮ ਕੀ ਹੈ, ਇਹ ਪੈਸਾ ਕਿੱਥੋਂ ਆ ਰਿਹਾ, ਇਸ ਚੀਜ਼ ਦੀ ਰਿਕਾਰਡ ਤਾਂ ਦਿਖਾਓ, ਈਵਨ ਜੇ ਤੁਸੀਂ ਚੀਜ਼ ਸੇਲ ਕੀਤੀ ਹੈ ਤਾਂ ਉਹਦੀ ਮਾਰਕੀਟ ਵੈਲਿਊ ਸਾਰਾ ਕੁਝ ਚੱਕਦਾ ਉਹਦੇ ਵਿੱਚ, ਉਹ ਕੋਈ ਪੇਰੈਂਟ ਪ੍ਰੋਵਾਈਡ ਕਰਨ ਨੂੰ ਤਿਆਰ ਨਹੀਂ ਹੁੰਦਾ, ਜਦੋਂ ਅਸੀਂ ਉਹਨਾਂ ਨੂੰ ਡਾਕੂਮੈਂਟ ਦੋ ਵੱਧ ਮੰਗਣਦੇ ਹਾਂ ਤਾਂ ਡੈਫੀਨੇਟਲੀ ਉਹ ਵੀ ਸਾਨੂੰ ਕਹਿ ਜਾਂਦੇ, ਕਹਿੰਦੇ ਮੈਮ ਹੋਰ ਕਿੱਥੋਂ ਡੈਕ ਆਈ, ਇਹ ਹੀ ਡਾਕੂਮੈਂਟ ਹੈ, ਔਰ ਸਮਟਾਈਮਸ ਐਸੇ ਪੇਰੈਂਟਸ ਵੀ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਨੂੰ ਗਵਰਨਮੈਂਟ ਵੱਲੋਂ ਪੈਸੇ ਮਿਲੇ ਹੁੰਦੇ ਆ ਐਕਵਾਇਰ ਦੇ ਜਾਂ ਕਿਸੇ ਚੀਜ਼ ਦੇ ਵੀ, ਤਾਂ ਉਹਨਾਂ ਨੂੰ ਵੀ ਇਹ ਕਿਹਾ ਜਾਂਦਾ ਕਿ ਪਲੀਜ਼ ਵਾਈਟ ਰਿਕਾਰਡ ਸ਼ੋ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਜਿੰਨਾ ਰੀਸੈਂਟ ਹੋਏਗਾ ਉਨਾ ਪ੍ਰੋਬਲਮੈਟਿਕ ਹੈ। ਇਹ ਚੀਜ਼ਾਂ ਕਾਉਂਸਲਿੰਗ 'ਚ ਨਹੀਂ ਕਲੀਅਰ ਕੀਤੀਆਂ ਜਾਂਦੀਆਂ ਜਦੋਂ ਸਰ ਡੈਫੀਨੇਟਲੀ ਜਦੋਂ ਫਾਈਲਿੰਗ ਜਦੋਂ ਡਾਕੂਮੈਂਟਸ ਈਵਨ ਅਸੀਂ ਫਾਈਲਿੰਗ ਵੇਲੇ ਹੀ ਡਾਕੂਮੈਂਟਸ ਜਿੰਨੇ ਵੀ ਚੈੱਕ ਕਰਦੇ ਹਾਂ ਉਸ ਟਾਈਮ ਉਹਨਾਂ ਨੂੰ ਬੋਲਦੇ ਹਾਂ ਕਿ ਇਹ ਡਾਕੂਮੈਂਟ ਪ੍ਰੋਬਲਮ ਵਾਲਾ ਹੈ, ਇਹ ਡਾਕੂਮੈਂਟ ਪ੍ਰੋਬਲਮ ਵਾਲਾ ਹੈ, ਉਸ ਤੋਂ ਬਾਅਦ ਪੇਰੈਂਟਸ ਦੀ ਵਿਸ਼ ਹੈ। ਵੀ ਉਹ ਉਦੋਂ ਕੀ ਜਵਾਬ ਹੁੰਦਾ? ਹੁਣ ਤਾਂ ਮੈਡਮ ਜੀ ਇਹੀ ਹੈ। ਸੋ ਸਾਡੇ ਕੋਲ ਤਾਂ ਜਦੋਂ ਜਿਹੜੇ ਸਵਾਲ ਆਉਂਦੇ ਨੇ ਹਰਪ੍ਰੀਤ ਤੁਹਾਡੇ ਕੋਲ ਵਿਜ਼ਿਟ ਕਰਦੇ ਨੇ ਪ੍ਰੋਪਰਲੀ, ਥੋ ਇਸ ਫੇਸ ਪ੍ਰੋਬਲਮਸ ਆਉਂਦੀਆਂ ਨੇ, ਇਸ ਤੋਂ ਇਲਾਵਾ ਕੀ ਪ੍ਰੋਬਲਮਸ ਹੋਰ ਫੇਸ ਕਰਦੇ ਹੋ ਤੁਸੀਂ ਐਜ਼ ਅ ਕਾਉਂਸਲਰ? ਐਜ਼ ਅ ਕਾਉਂਸਲਰ ਸਰ ਸਭ ਤੋਂ ਪਹਿਲੇ
काउंसलर्स जो मेरी टीम दे विच भी हैं उन्होंने ही प्रॉब्लम आंदी कि जैसे पेरेंट नु कहने कि तेरा डॉक्यूमेंट फेक लगेगा भावे ओरिजिनल भी हो पैसे भी हो उन्होंने को बट जिन्ना कोशिश करना है कि एक एजुकेशन लोन तो इलावा या जो डिमांड लोन है उस तो इलावा कोई चीज रीसेंट ना हो जिन्ना जो फेक मनी फेक जाएगी। मनी जाएगी ये चीज असि हर बार बोलते हैं पेरेंट्स नु और कई बार ऐसे पेरेंट्स ऐसे पेरेंट्स भी देखते हैं कहना नहीं चाहिए जो उन्होंने को रिक्वायरमेंट की होंगी तो सेविंग होनी चाहिए उसी दिनों बैंक च खाता खुलाते हैं देखो ये तो कुछ चीज़ें ने जिड़ियाँ तुम समझाओगे तो उन्होंने समझ आएंगे डेफिनेटली क्योंकि सर इस चीज़ की हो सकता उन्होंने पहले पता ही ना हो बच्चे बाहर भेजना तो इस चीज़ की नीड मैं होगी। तुहाड़ी गल समझ रही हूँ सर जब उन्होंने कहा जाता है कि तुहाड़ी कोई सेविंग्स होनी चाहिए है तुसी जिन्ना क हो सके मतलब 6 मंथ पुरानी या 3 मंथ पुरानी तो चीज़ दिखाओ सानू एटलीस्ट जब असी कोशिश करते हैं कि समटाइम्स साड़ी फाइल डिले हो जाती किसी बच्चे की तो पेरेंट्स कहते हैं साड़ा केस लटक रहा जी ये भी कहते हैं पेरेंट्स पर रीजन कोई नहीं दिखता कि असी भी चाहते हैं कि जे इन्होंने हुण खाता खोल लिया जिन्होंने शुरुआत कर ली है तो लेट इट बी फॉर 3 मंथ्स एटलीस्ट 3 मंथ्स पुराना रिकॉर्ड तो एम्बेसी से जाए यही चीज़ असी देखते हैं सो कुछ गलतियां साढ़े जिहड़े एप्लीकेंट्स कहिए जिहड़े बच्चे ने उन्होंने पेरेंट्स वालों भी हो रही ने जिहड़े चीज़ें डॉक्यूमेंट पूरे नहीं करके दे रहे काउंसलर भी ठीक है कंसल्टेंट की भी प्रॉब्लम्स होंदियां ने उन्होंने भी जरूर डिस्कस करना चाहिए। देखो वो भी कुछ थोनों ही सीखने को मिलना है भी आ चीज़ें जो प्रोवाइड करवाई फाइल लिए पॉजिटिव ने जो कि बिल्कुल हरप्रीत कह रही है थोड़े लिए मंगी जाती मैं थोड़ा प्रोफाइल ये स्ट्रोंोंग हो सके। हरप्रीत इस तो इलावा क्वेरीज किदां दी आउंदी है जदों बच्चे लई माइनर्स लई आउंदे ने चाहे ऑस्ट्रेलिया चाहे न्यूजीलैंड है ऑलमोस्ट सारिआं दी जिहड़ी एलिजिबिलिटी क्राइटेरिया है फीस स्ट्रक्चर है वो ऑलमोस्ट सेम है। नहीं ऑलमोस्ट सेम नहीं है जब मैं कैनेडा की गल करा कैनेडा विच 5 to 18 का जिवें सिस्टम है तो न्यूजीलैंड भी नहीं है न्यूजीलैंड दे विच 13 साल तो 18 साल का बच्चा ही अप्लाई कर सकता है और उदे विच सिर्फ इको पेरेंट ना जा सकता है पेरेंट्स जाण वाली तां प्रॉब्लम आ रही है हुण जिहड़े जा सक जा नहीं ना पा रहे वो उहदी तां प्रॉब्लम आ रही है हुण काफ़ी ये करते नहीं जी उन्हें कहा सी जा सकता है बट बाकियों को पूछा कहते नहीं जा सकता ये चीज़ ही नहीं क्लीयर हो पा रही। सर एज क्राइटेरिया भी एक चीज़ है जब मैं कैनेडा की गल करा तो कैनेडा के 16 तो बाद जो बच्चे केस लगा रहे हैं वो एक रूल है कि इट्स नॉट मैंडेट फॉर पेरेंट्स टू गो विद दैम बट बाकियों लिए है और सेम एज जिमें न्यूजीलैंड है न्यूजीलैंड भी एक क्राइटेरिया है कि टिल 16 पेरेंट अकोमोडेट कंपनी कर सकता है नहीं हुण कई बारी हुण भी कईयां दे पेरेंट्स ते कोई ब्रदर सिस्टर कोई सिबलिंग्स उत्थे नहीं दे वॉन्ट बी ओ गार्डियनशिप ले लैन हाँ ठीक हो है तो सकते हैं वो चाहते हैं भी असं ना भी जाइए तो बच्चा कला फाइल ना लवे डेफिनेटली की सर पॉसिबिलिटीज है पॉसिबिलिटीज हैं कोई ऐसी प्रॉब्लम की नहीं है फॉर्मेलिटी की रहेगी। फॉर्मेलिटीज सिर्फ यही रहेगी कि एक प्रॉपर लीगल डॉक्यूमेंट बनेगा कि वीजा प्रूफ होने तो बाद जो गार्डियनशिप है फ्रॉम दैट टेन्योर जब तक वो स्टडी है तब तक उन्होंने सो एंड सो रिलेटिव नू मिलेगी और उन्होंने कस्टडी पेपर्स नाल लगते हैं कि वो अपने अपनी इन्फॉर्मेशन देंगे अपना आईडी प्रूफ अपने रेजिडेंशियल एड्रेसेस फोन नंबर्स ईमेल एड्रेस और उसमें उत्थे की गवर्नमेंट तो नोटरी करवा के अप्रूव करवा के सानू सेंड कर दें जो असं फाइल्स लगावेंगे मतलब तुम कह रहे हो जिन्हें कोई रिश्तेदार कोई मासी मामा चाचा ताया कोई कैनेडा दे विच है वो बच्चा पढ़न जाना चाहता है या पेरेंट्स भेजना वो चाहते उनकी हैं स्टडी नो स्पॉन्सर कर सकते हैं वो स्पॉन्सर भी एज अ कर सकते गार्डियन राइट वो स्पॉन्सर भी कर सकते हैं। सो ये चीज़ा भी फायदे भी हो सकती हैं भी जरूरी नहीं भी इतनी बच्चे और नाल इस जाना मैंडेट नहीं कि स्पॉन्सरशिप में जो उन्होंने जो रिलेटिव है उसनों अपने पैसे लगाने पड़ेंगे इट जस्ट ही नीड्स टू शो द बैंक बैलेंस कि उसको बैंक बैलेंस है बट भावे जो उसका पेरेंट है उस पैसे स्पेंड कर भी सकते उन्हां नूं एक ही कहना भी सिर्फ वी एक हैव अ लीगल सफिशिएंट डॉक्यूमेंट मनी टू सपोर्ट दिस चाइल्ड ये स्टडी दे विच सपोर्ट कर सकदे आ उसनूं बट हुण पेरेंट्स दी प्रॉब्लम्स होर की आ रही हैं माइनर नूं लै के। माइनर में सब तो ज़्यादा प्रॉब्लम तो सर एक तो डॉक्यूमेंटेशन टाइम लेंथ और दूसरा वीज़े दी रिजेक्शन ज़रूर है सो ये चीज़ां रिजेक्शन नूं लै के सब तो वड्डा डर भी बनिया होया है बिल्कुल जायज़ भी है क्योंकि रिजेक्शन रेट बहुत ज़्यादा वधिया देखण नूं नहीं आया पिछले समय दे विच प्रमोट बहुत होया जरूर होया अलग अलग जरिए नाल होया बट बहुत वधिया रिजेक्शन रेट ही मिले सानू जे कई बहुत ज्यादा बहुत वधिया सक्सेस रेट नहीं आया कमियां कित्थे रहियां ये तुसी भी उहदे वल झात जरूर मारनी है। माइनर प्रोग्राम जे कोई पढ़ना चाहुंदा उहदे बारे रिसर्च चाहुंदा ते वैबसाइट ते या इंटरनेट ते कित्थे अवेलेबल है। सर कैनेडा की लीगल वैबसाइट है cic.gc.ca और ये वो चाहे उपर सर्च सर्च कॉलम के इस पूरा टाइप करके ये बारे सर्च कर सकते तो रिक्वायरमेंट हर चीज़ की डिटेल उससे मिल सकती है जी तो अज के शो के कोशिश की गई है भी स्कूलिंग नू लैके माइनर तो मेजर प्रोग्राम कैनेडा नू लैके या न्यूजीलैंड नू लैके जिवें 13 तो 18 साल की उम्र जी उत्थे माइनर दे विच मनी जाती है उधर तो विच लैके थोड़ा डिस्कस करके दस्या गया कोई सवाल जवाब
ਤੁਸੀਂ ਕਰਨਾ ਹੈ ਜੋ ਅਸੀਂ ਨਹੀਂ ਕਰ ਪਾਏ ਤਾਂ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਫ੍ਰੀ ਆਫ ਕਾਸਟ ਕਾਉਂਸਲਿੰਗ ਲੈ ਸਕਦੇ ਹੋ। ਅੱਜ ਦੇ ਸ਼ੋਅ ਦੇ ਵਿੱਚ ਕੋਈ ਖਾਸ ਮੈਸੇਜ ਕੀ ਦੇਣਾ ਚਾਹੁੰਦੇ ਹੋ ਹਰਪ੍ਰੀਤ? मैं सिर्फ यही मैसेज देना चाहूँगी कि बीसीसी ग्लोब नो एटलीस्ट जो नवे प्लान्स जो नवी और तुहाडे लई मीनस अपॉर्चुनिटीज़ और कोर्सेज लभ रहे हैं उहदे लई मौका देना चाहिए तुहानू और स्पेशली जो जीएनएम और एएनएम के प्रोग्राम असं नवे इंट्रोड्यूस कर रहे हैं नवी आई बिलीव तुहानू इहदे लई असैसमेंट लई एक बार विजिट करना चाहिए थोरो इनफॉर्मेशन दे लई। बहुत बहुत धन्यवाद आज दे शो दे विच आउण लई। धन्यवाद सारे दर्शकों का। वैबसाइट पर इंटरनेट पर हर चीज़ अवेलेबल है। विश्वास जरूर करो बट हमेशा कई दाखा बन करके विश्वास नहीं करना। रिसर्च जरूर करो। किसी भी वीजे लिए अपलाई कर जा रहे हो थोड़ी अपनी रिसर्च बहुत ज़्यादा जरूरी है। सो तुसी भी अपनी रिसर्च करोगे असी भी अपनी जारी रखांगे। सो इसे उम्मीद नाल इसे वादे नाल भी नैक्सट शो दे विच नवी जो सवाल जवाब नाल नवी डिस्कशन लैके हाजिर होवांगा। उन्नी देर लिए अपने दोस्तों मैंने दे इजाजत। धन्यवाद। सत श्री अकाल।